ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਤੁਹਾਡੇ ਸਾਰਿਆਂ ਦਾ? ਉਮੀਦ ਕਰਦਾ ਸਾਰੇ ਵਧੀਆ ਹੋਵੋਗੇ। ਜਿਸ ਤਰ੍ਹਾਂ ਕਿ ਬਰਨਾਲਾ ਦੀ ਵੀਡੀਓ ਦੀ ਰਿਕੁਆਇਰਮੈਂਟ ਸੀਗੀ, ਆਪਾਂ ਬਾਈਕ ਤੇ ਤੁਹਾਨੂੰ ਵੀਡੀਓ ਦਿਖਾਈਆਂ, ਠੀਕ ਹੈ, ਬਹੁਤ ਉਹਦੇ ਤੇ ਪਿਆਰ ਮਿਲਿਆ। ਉਸੇ ਤਰ੍ਹਾਂ ਅੱਜ ਤੁਹਾਡੇ ਲਈ ਮੈਂ ਇੱਕ ਗੱਡੀਆਂ ਦੀ ਵੀਡੀਓ ਲੈ ਕੇ ਆਇਆ। ਇਸ ਟਾਈਮ ਮੈਂ ਖੜਾ ਮੈਂ ਲਕਸ਼ਮੀ ਮੋਟਰ, ਤੁਸੀਂ ਮੇਰੇ ਬੈਕ ਸਾਈਡ ਤੇ ਦੇਖ ਸਕਦੇ ਹੋ, ਠੀਕ ਹੈ ਜੀ। ਮਿਕਸ ਸੈਗਮੈਂਟ ਸਾਰੀਆਂ ਗੱਡੀਆਂ ਹੋਣਗੀਆਂ, ਲੱਖ ਡੇਢ ਲੱਖ ਰੁਪਏ ਤੋਂ ਸਟਾਰਟ ਨੇ, ਅੱਛੀ ਰੇਂਜ ਦੀਆਂ ਸਾਰੀਆਂ ਗੱਡੀਆਂ ਖੜੀਆਂ ਆਪਣੇ ਕੋਲ। ਇਨੋਵਾ, ਥਾਰ, ਐਲਟੋ, ਸੈਂਟਰੋ, ਸਵਿਫਟ, ਅਰਟੀਗਾ, ਸਿਆਸ, ਸਾਰਾ ਮਿਕਸ ਸੈਗਮੈਂਟ ਰਹੇਗਾ। ਸਿਨਮੈਟਿਕ ਸ਼ਾਟ ਤੁਸੀਂ ਵੇਖ ਚੁੱਕੇ ਹੋ, ਠੀਕ ਹੈ ਜੀ। ਸੋ ਹੁਣ ਮੈਂ ਇੱਥੇ ਵੀਰੇ ਨਾਲ ਮਿਲਦਾ, ਤੁਹਾਡਾ ਇੰਟਰੋਡਕਸ਼ਨ ਵੀ ਕਰਾਉਣਾ। ਸੋ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਹਾਲ ਚਾਲ? ਸਭ ਵਧੀਆ ਸਰ। ਇੱਕ ਸ਼ਾਰਟ ਇੰਟਰੋ ਦੇ ਆਪਣਾ ਵਿਊਵਰ ਨੂੰ। ਸਰ ਮੇਰਾ ਨਾਮ ਨਰਿੰਦਰ ਬਾਂਸਲ ਹੈ, ਆਪਾਂ ਇੱਥੇ ਖੜੇ ਹਾਂ ਲਕਸ਼ਮੀ ਮੋਟਰਸ, ਨਾਨਕਸਰ ਰੋਡ, ਬਰਨਾਲਾ, ਨੀਅਰ ਆਈ ਟੀ ਆਈ ਚੌਂਕ। ਇੱਥੇ ਆਪਣੇ ਕੋਲ ਲੱਖ ਰੁਪਏ ਤੋਂ ਲੈ ਕੇ ਮਤਲਬ ਵੱਡੀਆਂ ਗੱਡੀਆਂ ਖੜੀਆਂ ਨੇ, ਬਰੇਜ਼ਾ, ਸਿਆਜ਼ ਵਗੈਰਾ, ਤੇ ਆਪਾਂ ਸਾਰਿਆਂ ਬਾਰੇ ਦੇਖਦੇ ਹਾਂ। ਤੇ ਜਦੋਂ ਵੀ ਤੁਸੀਂ ਸਾਡੇ ਕੋਲ ਆਓਗੇ ਤਾਂ ਅਸੀਂ ਤੁਹਾਨੂੰ ਬੈਸਟ ਤੋਂ ਬੈਸਟ ਡੀਲ ਦੇਣ ਦੀ ਕੋਸ਼ਿਸ਼ ਕਰਾਂਗੇ। ਸਰ ਇਹ K10 2018 ਦਾ ਮਾਡਲ ਹੈ, ਸਿਰਫ 23,000 ਕਿਲੋਮੀਟਰ ਰਨ ਹੈ, ਤੇ ਬਾਡੀ ਲਾਈਨ ਦੀ ਆਲ ਓਰਿਜਿਨਲ ਕਾਰ ਹੈ, ਤੇ ਆਪਾਂ 3,70,000 ਰੁਪਏ ਦਾ ਆਸਕਿੰਗ ਪ੍ਰਾਈਜ਼ ਹੈ, ਤੇ ਥੋੜਾ ਬਹੁਤ ਇਹਦੇ ਵਿੱਚ ਆਪਾਂ ਨੈਗੋਸ਼ੀਏਬਲ ਵੀ ਕਰ ਲਵਾਂਗੇ। ਤੁਸੀਂ ਕਾਰ ਅੰਦਰੋਂ ਵੀ ਦੇਖੋ, ਇੰਜਨ ਦੇਖੋ, ਟੈਸਟ ਡਰਾਈਵ ਲਓ, ਫਿਰ ਆਪਾਂ ਕਰਾਂਗੇ ਡੀਲ। ਇਹ 2008 ਮਾਡਲ i10 ਹੈ, ਇਰਾ ਮਾਡਲ ਹੈਗਾ, ਤੇ ਫੈਂਸੀ ਨੰਬਰ ਲੱਗਿਆ ਹੋਇਆ, ਫਸਟ ਓਨਰ ਕਾਰ ਹੈਗੀ, ਤੇ ਮਿਡ ਸੈਗਮੈਂਟ ਸਭ ਤੋਂ ਵਧੀਆ ਕਾਰ ਹੈ ਇਹ। ਆਪਾਂ ਤੁਸੀਂ ਅੰਦਰੋਂ ਦੇਖੋ, ਬਾਹਰੋਂ ਦੇਖੋ, ਬਹੁਤ ਸੋਹਣੀ ਕਾਰ ਹੈ, ਇੰਟੀਰੀਅਰ ਬਹੁਤ ਵਧੀਆ ਕਾਰ ਦਾ, ਸੀਟ ਕਵਰ ਲੱਗੇ ਹੋਏ ਨੇ, ਤੇ ਸਿਰਫ 1,80,000 ਰੁਪਏ ਦੀ ਰੇਂਜ ਕਾਰ ਹੈ। 2008 ਮਾਡਲ ਸੈਂਟਰੋ GLS ਟੋਪ ਮਾਡਲ ਹੈ, ਬਠਿੰਡਾ ਨੰਬਰ, ਫਸਟ ਓਨਰ ਕਾਰ ਹੈਗੀ, ਅਲੋਏ ਵੀਲਸ ਇਹਦੇ ਤੇ ਐਕਸਟਰਾ ਲੱਗੇ ਹੋਏ ਨੇ, ਟਾਇਰ ਨਵੇਂ, ਸੀਟ ਕਵਰ ਬਹੁਤ ਵਧੀਆ ਚੜੇ ਹੋਏ ਨੇਗੇ, ਤੇ ਇਹ ਸਿਰਫ 1,50,000 ਰੁਪਏ ਦੀ ਰੇਂਜ ਮਿਲ ਜਾਣੀ ਆਪਾਂ ਨੂੰ ਕਾਰ। K10 2011 ਮਾਡਲ ਹੈ, ਰਜਿਸਟਰਡ 2012 ਹੈ, ਨੰਬਰ ਰੀਅਸਾਈਨਡ ਹੈ ਇਹਦਾ, ਪਰ ਅਲੋਏ ਵੀਲ ਤੇ ਟਾਇਰ ਬਿਲਕੁਲ ਨਿਊ ਨੇ, ਤੇ 2,25,000 ਰੁਪਏ ਕਸਟਮਰ ਆਸਕਿੰਗ ਹੈ, ਥੋੜਾ ਬਹੁਤ ਨੈਗੋਸ਼ੀਏਬਲ ਹੈ। ਇਨੋਵਾ ਕ੍ਰਿਸਟਾ 2016 ਮਾਡਲ, ਜੀ ਮਾਡਲ ਹੈ, ਸੰਗਰੂਰ ਦਾ ਓਰਿਜਿਨਲ ਨੰਬਰ, ਸੈਕਿੰਡ ਓਨਰ ਕਾਰ, 1,00,000 ਕਿਲੋਮੀਟਰ ਓਰਿਜਿਨਲ ਚੱਲੀ ਹੋਈ, ਅਲੋਏ ਵੀਲ ਕੰਪਨੀ ਵੱਲੋਂ ਲੱਗੇ ਹੋਏ ਨੇ ਐਕਸਟਰਾ, ਤੇ ਸੀਟ ਕਵਰ ਬਹੁਤ ਹੀ ਸੋਹਣੇ ਸੀਟ ਕਵਰ ਨੇ, ਤੁਸੀਂ ਦੇਖ ਸਕਦੇ ਹੋ, ਟੱਚ ਸਿਸਟਮ ਬਹੁਤ ਵਧੀਆ ਲੱਗਿਆ ਹੋਇਆ ਅੰਦਰ, ਤੇ ਸਿਰਫ ਆਪਾਂ ਨੂੰ ਇਹ 12,00,000 ਆਸਕਿੰਗ ਹੈ ਇਹਦੀ। ਮਾਡਲ ਇੱਕੋ ਮਰੂਤੀ, ਫਸਟ ਓਨਰ ਕਾਰ ਹੈ, 70,000-75,000 ਦੇ ਅਰਾਊਂਡ ਚੱਲੀ ਹੋਈ, 5-ਸੀਟਰ AC ਵਾਲੀ ਕਾਰ ਹੈ, ਤੇ ਕੰਪਨੀ LPG ਫਿਟਡ ਸੀ, ਪਰ ਕਸਟਮਰ ਯੂਜ਼ ਨਹੀਂ ਕਰਨ ਕਰਕੇ ਉਤਰਵਾ ਦਿੱਤੀ ਗਈ ਹੈ, ਤੇ 2,25,000 ਰੁਪਏ ਦੀ ਆਸਕਿੰਗ ਪ੍ਰਾਈਜ਼ ਹੈ। ਥਾਰ 2014 ਦਾ ਮਾਡਲ ਹੈ, ਪਹਿਲਾਂ ਦਿੱਲੀ ਨੰਬਰ ਸੀ, ਹੁਣ ਬਰਨਾਲੇ ਦਾ ਲੱਗਿਆ, ਸੈਕਿੰਡ ਓਨਰ ਕਾਰ ਹੈ, 65,000-66,000 ਓਰਿਜਿਨਲ ਚੱਲੀ ਦੀ ਗਰੰਟੀ ਹੈ, ਅਲੋਇਸ ਲੱਗੇ ਹੋਏ ਨੇ, ਬਿਲਕੁਲ ਟਾਇਰ ਬਿਲਕੁਲ ਨਵੀਂ, ਸ਼ੋਰੂਮ ਕੰਡੀਸ਼ਨ ਦੀ ਕਾਰ, ਹਾਰ ਟੋਪ ਲੱਗਿਆ ਹੋਇਆ, ਬਲੈਕ ਇੰਟੀਰੀਅਰ, 2014 ਮਾਡਲ, ਆਸਕਿੰਗ ਪ੍ਰਾਈਸ ਇਹਦਾ 6,00,000 ਰੁਪਏ। 2013 ਮਾਡਲ, ਜੀ ਮਾਡਲ, ਫਸਟ ਓਨਰ ਕਾਰ ਹੈ, 1,00,000 ਕਿਲੋਮੀਟਰ ਦੇ ਅਰਾਊਂਡ ਚੱਲੀ ਹੋਈ, ਇੰਸ਼ੋਰੈਂਸ ਇਹਦਾ 5-4 ਦਿਨਾਂ ਦਾ ਹੀ ਰਹਿੰਦਾ ਹੋਏਗਾ, ਟਾਇਰ ਬਿਲਕੁਲ ਨਿਊ ਨੇ, ਤੇ ਸੀਟ ਕਵਰ ਬਹੁਤ ਸੋਹਣੇ ਲੱਗੇ ਹੋਏ ਨੇ, ਤੇ 7,00,000 ਦੇ ਅਰਾਊਂਡ ਮਿਲ ਜਾਣੀ ਆਪਾਂ ਨੂੰ ਕਾਰ। ਮਾਡਲ ਡਿਜ਼ਾਇਰ ZA ਵੇਰੀਐਂਟ ਹੈ, ਸੈਕਿੰਡ ਓਨਰ ਕਾਰ ਹੈ, 1,00,000 ਕਿਲੋਮੀਟਰ ਦੇ ਅਰਾਊਂਡ ਚੱਲੀ ਹੋਈ ਹੈ, ਅੰਦਰੋਂ ਦੇਖੋ ਤੁਸੀਂ ਕਾਰ। ਬਿਲਕੁਲ ਇੰਟੀਰੀਅਰ ਨਵਾਂ ਪਿਆ ਹੈ, ਕੰਪਨੀ ਵੱਲੋਂ ਅਲਾਇਜ ਵੀ ਨੇਗੇ ਇਹਦੇ ਵਿੱਚ, ਤੇ ਇਹਦਾ ਆਸਕਿੰਗ ਪ੍ਰਾਈਸ 5.5 ਲੱਖ ਰੁਪਿਆ, ਜਿਹੜਾ ਕਿ ਨੈਗੋਸ਼ੀਏਬਲ ਹੈ। 2014 ਮਾਡਲ ਡਿਜ਼ਾਇਰ BDI, ਫਸਟ ਓਨਰ ਕਾਰ ਹੈ, ਫੈਂਸੀ ਨੰਬਰ ਹੈ, ਅਲਾਇਜ ਲੱਗੇ ਹੋਏ ਨੇਗੇ ਕਰੋਮ ਦੇ, 70,000-80,000 ਕਿਲੋਮੀਟਰ ਚੱਲੀ ਹੋਈ ਕਾਰ, ਫਸਟ ਓਨਰ, 4,80,000 ਰੁਪਏ ਪ੍ਰਾਈਜ਼ ਹੈ। 2016 ZDI ਸਵਿਫਟ, ਜਿਹੜਾ ਕਿ ਵੇਰੀਐਂਟ ਤੁਹਾਨੂੰ ਮਾਰਕੀਟ 'ਚ ਮਿਲਣਾ ਬਹੁਤ ਮੁਸ਼ਕਿਲ ਹੈ, ਕਿਉਂਕਿ ਬਹੁਤ ਹੀ ਲਿਮਿਟਡ ਕਾਰਾਂ ਆਈਆਂ ਨੇਗੀਆਂ, 16 ZDI 64,000 ਕਿਲੋਮੀਟਰ ਚੱਲੀ, ਫਸਟ ਓਨਰ ਕਾਰ, ਬਿਲਕੁਲ ਨਿਊ ਕਾਰ ਹੈ,
सीट कवर स्टेयरिंग कंट्रोल भी ने एयर बैग ABS ब्रेक सब कुछ इनकलूडेड है ते 6,40,000 रुपया आस्किंग प्राइस है इसका रेट 2014 VDI फर्स्ट ओनर 60,000 किलोमीटर चली हुई लुधियाने का ओरिजिनल नंबर है 70,000 किलोमीटर चली हुई तुसी देख सकते हो आस्किंग प्राइस 3,70,000 रुपया सिर्फ दीवा 2016 VD वेरिएंट है सेकंड ओनर कार है 70,000 चली कंपनी वालों अलॉयज नहीं आते एक्स्ट्रा अलॉयज लगे हुए ने कंपनी वाले सीट कवर बहुत सोहने सीट्स भी एडजस्टेबल ने उपरों नीचे बहुत कंफर्टेबल कार है 70,000 चली सिर्फ 5,90,000 रुपया आस्किंग 2017 मॉडल ब्रेजा ZDI फर्स्ट ओनर सिर्फ 42,000 किलोमीटर चली हुई बिल्कुल न्यू कंडीशन की कार है आस्किंग प्राइस 8,25,00,000 रुपया स्विफ्ट 2014 LDI वेरिएंट है फर्स्ट ओनर की कार है ये बजट से तुहानू कार घट ही मिलेगी स्विफ्ट न्यू शेप 4,00,000 का आस्किंग प्राइस है ये विच बस पावर विंडोज नहीं होंगे पर बाकी सारा इंजन सेम है ये असी आज 2016 मॉडल VDI प्लस हाइब्रिड इंजन वाली कार है ब्राउन कलर बहुत जो कि बहुत ही प्यारा कलर है फर्स्ट ओनर की कार सिर्फ 75,000 किलोमीटर चली हुई टायर की कंडीशन बिल्कुल न्यू इंटीरियर मिंट कंडीशन दे विच है जिवें कि तुसी देख रहे हैं 6,00,000 रुपया इहदा आस्किंग प्राइस है बाकी नैगोशिएबल और ऑन द टेबल थोड़ा बहुत कर लेंगे 2010 मॉडल K10 फर्स्ट ओनर कार PB10 लुधियाने का नंबर ओरिजिनल सारी मिंट कंडीशन की कार है बिल्कुल न्यू कार आपां नूं 2,25,000 रुपए की रेंज मिल जाएगी सीट कवर लगे हुए ने गे i10 आस्ता ऑप्शनल जिहड़ा कि इहदा टॉप मॉडल है पेट्रोल वेरिएंट है 2016 का बठिंडा नंबर फर्स्ट ओनर कार है ये एयरबैग्स वगैरह भी मिलेंगे तुहानू कंपनी के अलॉय व्हील्स ने गे इंश्योरेंस भी अवेलेबल है कार का 4,60,000 रुपया डिमांड है इहदी दो हज़ार 2019 मॉडल S11 फर्स्ट ओनर कार बठिंडा नंबर VIP नंबर है कंपनी के अलॉय व्हील्स लगे हुए ने गे बहुत ही सोहनी कार इहदा आस्किंग प्राइस है 15,00,000 सो दोस्तों जिद्दां कि तुसीं देखिया अपने कोले सारा मिक्स सैगमेंट सीगा ब्रीजा स्विफ्ट एल्टो K10 ठीक है जी सेंट्रो इनोवा थार सारा मिक्स सैगमेंट सीगा ठीक है जी लक्ष्मी मोटर बरनाला तो अज दी वीडियो च इन्ना ही वीडियो चंगी लगे तो वीडियो नूं लाइक ते चैनल नूं सबसक्राइब करना ना भुल्यो मिलदे आं तुहानूं अगली किसे होर वीडियो च